ਹੁਣ ਕਾਫਲਾ ਜਾ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਆਹ ਸੀਐਮ ਖੱਟਰ, ਮਨੋਹਰ ਲਾਲ ਖੱਟਰ, ਅਸ਼ੋਕ ਤੰਵਰ, ਪਰ ਉੱਧਰ ਦੂਜੇ ਪਾਸੇ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਜਾ ਰਿਹਾ। ਇੱਧਰ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਡਾਕਟਰ ਅਸ਼ੋਕ ਤੰਵਰ ਇੱਥੋਂ ਜਾ ਚੁੱਕੇ ਆ ਅਤੇ ਹੈਲੀਪੈਡ ਆ ਜਿਹੜੇ ਦੂਜੀ ਸਾਈਡ, ਇੱਧਰਲੀ ਸਾਈਡ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਉੱਧਰ ਸਾਹਮਣੇ ਸਕੂਲ ਦਿਖ ਰਿਹਾ ਰੂੜੀ ਦਾ ਅਤੇ ਹੈਲੀਕਾਪਟਰਾਂ ਦਾ ਜਿਹੜਾ ਸਟਾਰਟ ਹੋ ਚੁੱਕਿਆ, ਆਵਾਜ਼ਾਂ ਆ ਰਹੀਆਂ ਅਤੇ ਇੱਧਰ ਕਾਲੇ ਝੰਡੇ ਦਿਖਾ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇੱਧਰ ਕਿਸਾਨਾਂ ਨੂੰ ਰੋਕਣ ਵਾਸਤੇ ਬੈਰੀਕੇਡਿੰਗ ਕੀਤੀ ਗਈ ਹੈ। ਤੁਸੀਂ ਤਸਵੀਰਾਂ ਦੇਖ ਰਹੇ ਹੋ ਪਿੰਡ ਰੋੜੀ ਤੋਂ, ਇੱਧਰ ਹੀ ਪੁਲਿਸ ਫੋਰਸ ਹੈ ਜਿਹੜਾ ਤੈਨਾਤ ਆ। ਉਹ ਸਾਹਮਣੇ ਵਾਲਾ ਰਸਤਾ ਜਿੱਥੇ ਗੱਡੀ ਖੜੀ ਦਿਖ ਰਹੀ ਹੈ ਤੁਹਾਨੂੰ, ਇਸ ਰਸਤੇ ਉਹ ਸਕੂਲ 'ਚ ਗੱਡੀਆਂ VIP ਗੱਡੀਆਂ ਗਈਆਂ। ਲਗਾਤਾਰ ਹੈ ਜਿਹੜੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ। ਇੱਕ ਵਾਰ ਫਿਰ ਦੱਸ ਦਈਏ ਕਿ ਕਿਸਾਨ ਯੂਨੀਅਨ ਦੇ ਨੇਤਾ ਜਸਵੀਰ ਸਿੰਘ ਭਾਟੀ, ਗੁਰਦਾਸ ਸਿੰਘ ਲੱਕੜਾਂ ਵਾਲੀ ਗ੍ਰਿਫਤਾਰ ਕਰ ਲਏ ਗਏ ਆ। ਉੱਧਰ ਹੈਲੀਕਾਪਟਰ ਹੈ ਜਿਹੜਾ, ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਅਤੇ ਇੱਧਰ ਨਾਅਰੇਬਾਜ਼ੀ। ਲਗਾਤਾਰ ਕਾਲੇ ਝੰਡੇ ਦਿਖਾ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ। ਬੈਰੀਕੇਡਿੰਗ ਵੀ ਖੋਲ੍ਹ ਦਿੱਤੀ ਗਈ ਹੈ। ਸਾਬਕਾ ਮੁੱਖ ਮੰਤਰੀ ਜਾ ਚੁੱਕੇ ਆ, ਅਸ਼ੋਕ ਤੰਵਰ ਜਾ ਚੁੱਕੇ ਆ, ਅਤੇ ਹੁਣ ਕਿਸਾਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਨੂੰ ਪਤਾ ਲੱਗਿਆ ਸੀ ਵੀ ਹਰਿਆਣਾ ਟੀਮ ਆ ਰਿਹਾ, ਤੇ ਉਹਦੇ ਵਿੱਚ ਕਿਸਾਨਾਂ ਦੀ, ਮਜ਼ਦੂਰਾਂ ਦੀ, ਕਰਮਚਾਰੀਆਂ ਦੀ ਸਾਰੀ ਸ਼ਕਤੀ ਦੀ, ਸਾਡੇ ਨੌਜਵਾਨਾਂ ਦੀ, ਬਜ਼ੁਰਗਾਂ ਦੀ, ਬੱਚਿਆਂ ਦੀ ਪਹਿਲੀ ਹਿੱਟ ਹੋਈ ਹੈ ਕਿ ਹਰਿਆਣੇ ਦਾ ਜਿਹੜਾ ਸੀਐਮ ਨਵਾਂ ਸਕੀਮ ਚੁਣਿਆ ਹੋਇਆ ਸੀ ਲੈਬ ਜਿਹੜੀ
ਉਹ ਹਰਿਆਣਾ ਛੱਡ ਕੇ ਪਿੰਡ ਰੋਹੀ ਛੱਡ ਕੇ ਸਾਡਾ ਜ਼ਿਲ੍ਹਾ ਛੱਡ ਕੇ ਰਾਮਗੜ੍ਹ ਭੱਜ ਗਿਆ ਪ੍ਰਚਾਰ ਕਰਨ ਵਾਸਤੇ। ਇਹ ਅੱਜ ਬੀਜੇਪੀ ਦੇ ਵਰਕਰਾਂ ਦੇ ਇੱਥੋਂ ਦੇ ਲੀਡਰਾਂ ਦੇ ਅਤੇ ਜਿਹੜਾ ਅਸ਼ੋਕ ਸੰਬਰ ਹੈ ਜਿਹੜਾ ਪਾਰਟੀ ਬਦਲ ਗੱਲ ਬਦਲੂ ਹੈ ਉਹਦੇ ਅੱਜ ਇੱਕ ਵੱਡੀ ਮੂੰਹ ਦੇ ਚਪੇੜ ਖੋਲ੍ਹਾਂ ਮੈਂ। ਬਹੁਤ ਵੱਡੀ ਮੂੰਹ ਦੇ ਚਪੇੜ ਹੈ ਔਰ ਜਿਹੜਾ ਅੱਜ ਸਾਡੇ ਲੋਕਾਂ ਨੇ ਵੀ ਪੂਰੇ ਇਲਾਕੇ ਨੇ ਜੋ ਸਾਡੇ ਕਿਸਾਨ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਅਸੀਂ ਆਪਦੇ ਹੱਕ ਲੈਣ ਵਾਸਤੇ ਅਸੀਂ ਰਾਈਟ ਲੈਣ ਵਾਸਤੇ ਦਿੱਲੀ ਜਾਂਦੇ ਸੀ ਪਰ ਸਾਡੇ ਭਰਾਵਾਂ ਦੇ ਗੋਲੀਆਂ ਇੱਕ ਨੌਜਵਾਨ ਦੇ ਗੋਲੀ ਮਾਰ ਕੇ ਸੀ ਤਾਂ 12 ਬੋਲ ਦੀਆਂ ਗੋਲੀਆਂ 15 ਬੋਲ ਦੀਆਂ ਗੋਲੀਆਂ ਬਰਾਸਟ ਜਿਹਨੂੰ ਮੈਂ ਬਿਆਨ ਨਹੀਂ ਕਰ ਸਕਦਾ। 400 ਬੰਦਾ ਸਾਡਾ ਫੱਟੜ ਹੋਇਆ ਔਰ 50 ਬੰਦੇ ਮੇਜਰ ਇੰਜਰਡ ਹੋਏ ਨੇ। 5 ਬੰਦੇ ਦੀਆਂ ਅੱਖਾਂ ਚਲੀਆਂ ਗਈਆਂ ਪਰ 8 ਬੰਦੇ ਸ਼ਹੀਦ ਹੋ ਗਏ ਜਿਹਨਾਂ ਨੂੰ ਇੱਕੋ ਗੋਲੀ ਮਾਰ ਕੇ ਮਰ ਗਏ। ਉਹ ਗੁੱਸਾ ਜਿਹੜਾ ਪੂਰੇ ਹਰਿਆਣੇ ਦੀ ਜਨਤਾ ਨੂੰ ਪੂਰੇ ਹਿੰਦੁਸਤਾਨ ਦੀ ਜਨਤਾ ਦਾ ਔਰ ਖਾਸ ਕਰਕੇ ਹਰਿਆਣਾ ਦੇ ਪੰਜਾਬ ਦੇ ਇੱਕ ਝਾੜੂ ਕੌਮ ਹੈ ਔਰ ਝਾੜੂ ਸਾਥੀ ਨੇ ਜਿਹੜੇ ਜਬਰ ਜ਼ੁਲਮ ਦੇ ਖਿਲਾਫ਼ ਹਮੇਸ਼ਾ ਲੜਦੇ ਆਏ ਨੇ ਔਰ ਉਹਦਾ ਜਵਾਬ ਅੱਜ ਹਰਿਆਣਾ ਸਰਕਾਰ ਨੂੰ ਇੱਕ ਦਾ ਜਵਾਬ ਪੱਥਰ ਨਾਲ ਦਿੱਤਾ ਔਰ ਤੁਸੀਂ ਰੈਲੀ ਦੇ ਵਿੱਚ ਦੇਖੋ ਮੈਂ ਗਾਰੰਟੀ ਕਰਦਾ 2000 ਦਾ ਘੱਟ ਨਹੀਂ ਹੋਣਾ ਔਰ ਜਿਹੜਾ ਆਪਣਾ ਸਮਰ ਹੈ ਉਹਦਾ ਹਾਲ ਤੁਸੀਂ ਦੇਖ ਲਿਓ ਦੇਖ ਹੀ ਰੱਖਿਆ ਗਾਰੰਟੀ ਕਰਦੇ 3-5 ਲੱਖ ਨਾਲ ਲੋਕ ਭਾਜੀ ਮੋੜ ਕੇ ਤੋਰਨਗੇ ਸਾਥੀ ਜ਼ਿਲ੍ਹੇ ਰੇਖਾ ਕਰਕੇ ਇਸੇ ਤਰ੍ਹਾਂ ਹੀ ਵਿਰੋਧ ਰਹੂਗਾ ਅੱਗੇ ਵੀ ਬਿਲਕੁਲ ਜੀ ਇਸੇ ਤਰ੍ਹਾਂ ਲੋਕਾਂ ਦਾ ਵਿਰੋਧ ਹੈ ਜਿਹੜਾ ਨਾ ਉਹ ਇਸੇ ਤਰ੍ਹਾਂ ਹੀ ਪੂਰੇ ਹਰਿਆਣੇ 'ਚ ਤੁਸੀਂ ਗੰਢ ਦੇਖ ਰਹੇ ਹੋ ਔਰ ਸਰਸੇ ਜ਼ਿਲ੍ਹੇ ਦੇ ਵਿੱਚ ਜੋ ਹਾਲਾਤ ਇਹਨਾਂ ਦੇ ਹੋਣਗੇ ਉਹ ਇਹਨਾਂ ਨੂੰ ਰਾਹ ਨਹੀਂ ਹੋਣਾ ਭੱਜਣ ਨੂੰ ਕੋਈ ਮੁਸ਼ ਪਾਉਣ ਦੋ। ਬੀਜੇਪੀ ਦੇ ਨਾਲ ਜੇਜੇਪੀ ਵਾਲਿਆਂ ਦਾ ਵੀ ਇਹੀ ਹਾਲ ਹੋਊਗਾ ਕਿਉਂਕਿ ਜਦੋਂ ਇਹ ਸੱਤਾ ਦੇ ਵਿੱਚ ਸੀਗੇ ਨਾ ਤੇ ਬੀਜੇਪੀ ਦੇ ਨਾਲ ਜੇਜੇਪੀ ਨੇ ਵੀ ਆਪਦਾ ਸਾਥ ਦਿੱਤਾ ਹੈ ਤੇ ਕੱਲੀ ਬੀਜੇਪੀ ਨੂੰ ਨੀ ਅਸੀਂ ਜੇਜੇਪੀ ਵਾਲਿਆਂ ਨੂੰ ਵੀ ਨੀ ਪਿੰਡਾਂ 'ਚ ਵੜਨ ਦਿੰਦੇ ਇਹ ਭੁਲੇਖਾ ਕੱਢ ਦੇਣਾ ਕਿਉਂਕਿ ਛੱਤ ਦੇ ਪਿਓ ਨੇ ਕਿਹਾ ਸੀਗਾ ਵੀ ਇੱਕ ਪਿਛਲੇ ਦੌਰਾਨ ਕਿਸਾਨ ਅੰਦੋਲਨ ਵਰਗੀ ਬਿਮਾਰੀ ਆਈ ਸੀ ਔਰ ਦੁਸ਼ਾਂਤੀ ਮਾਂ ਜੀ ਕਹਿ ਰਹੀ ਹੈ ਕਿ ਜਿਹੜੇ ਇਹ ਵਿਰੋਧ ਕਰਦੇ ਆ ਇਹ ਕਿਸਾਨ ਨੀ ਇਹ ਕਿਸੇ ਪਾਰਟੀ ਦੇ ਨੁਮਾਇੰਦੇ ਹੈ। ਅਸੀਂ ਉਹਨਾਂ ਦਾ ਕਹਿਣਾ ਚਾਹੁੰਦੇ ਉਹਨਾਂ ਨੂੰ ਵੀ ਦਿਲ ਚੋਂ ਭੁਲੇਖਾ ਕੱਢ ਦਿਓ ਅਸੀਂ ਕਿਸਾਨ ਆ ਤੁਸੀਂ ਅੱਤਵਾਦੀ ਵੀ ਕਿਹਾ ਖਾਲਿਸਤਾਨੀ ਵੀ ਕਿਹਾ ਉਗਰਵਾਦੀ ਵੀ ਕਿਹਾ ਬਹੁਤ ਕੁਛ ਕਿਹਾ ਪਰ ਇੱਕ ਕਿਸਾਨ ਆ ਜਿਹੜਾ ਕਿਸਾਨ ਹੀ ਹੈ ਤੇ ਤੁਹਾਨੂੰ ਇਸ ਦਾ ਖਮਿਆਜਾ ਜਿਹੜਾ ਭੁਗਤਣਾ ਪਊਗਾ ਆਉਣ ਵਾਲੇ ਵੋਟਾਂ ਦੇ ਵਿੱਚ ਜਿਹੜੀ ਜਦੋਂ ਵੀ ਹੋਇਆ ਜਿਹੜੀ ਬਿਮਾਰੀ ਕਹਿੰਦੇ ਸੀ ਉਹਦਾ ਇਲਾਜ ਹੁਣ ਲੋਕ ਕਰਦੇ ਉਹ ਇਲਾਜ ਕਰੀ ਵੀ ਜਾਂਦੇ ਨੇ ਦਵਾਈ ਦੇ ਵੀ ਜਾਂਦੇ ਨੇ ਸਾਰੇ ਟੱਬਰ ਨੂੰ ਤਾਂ ਹੋਰ ਦਵਾਈ ਦੇਵਾਂਗੇ ਐਂਟੀਬਾਇਟਿਕ ਵੀ ਲਾਵਾਂਗੇ ਨਾਲ ਜਿਵੇਂ ਅੱਜ ਖੱਟਰ ਨੂੰ ਵੀ ICU 'ਚ ਦੇਖਿਆ ਭਰਤੀ ਕੀਤਾ ਰੋੜੀ 'ਚ ਆਹੀ ਕਰਾਂਗੇ ਇਹਨਾਂ ਦਾ ਇਲਾਜ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮਜ਼ਦੂਰ ਏਕਤਾ ਜਿੰਦਾਬਾਦ 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 ਇਹਨਾਂ ਦੀ ਕਾਤਲ ਸਰਕਾਰ ਮੁਰਦਾਬਾਦ।